ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋਸ਼ ਕਿਸਾਨਾਂ ਦੇ ਵਿੱਚ ਇਸ ਵੇਲੇ ਔਰ ਤੁਹਾਨੂੰ ਦੱਸ ਦਈਏ ਕਿ ਇਸ ਬਾਰਡਰ ਦੇ ਬਿਲਕੁਲ ਨਜ਼ਦੀਕ ਟਰੈਕਟਰ ਟਰਾਲੀ ਖੜਾ ਮਾਫੀ ਚਾਹੁੰਦਾ ਟੈਂਕਰ ਖੜਾ ਹੋਇਆ ਔਰ ਇਸ ਟੈਂਕਰ ਨੂੰ ਨਿਕਾਲਣ ਦੇ ਲਈ ਜਿਹੜੇ ਕਿਸਾਨ ਲਗਾਤਾਰ ਪ੍ਰਸ਼ਾਸਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਅਨਾਊਂਸਮੈਂਟ ਜਿਹੜੀ ਪਹਿਲਾਂ ਕੀਤੀ ਗਈ ਕਿ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਇਸ ਬਾਰਡਰ ਤੋਂ ਪਿੱਛੇ ਹੋਇਆ ਜਾਵੇ ਅਤੇ ਇਹ ਜਿਹੜਾ ਟਰੈਕਟਰ ਦਾ ਮਸਲਾ ਆ ਉਹ ਸਵੇਰੇ ਦੇਖਿਆ ਜਾਊਗਾ ਲੇਕਿਨ ਜਿਹੜੇ ਕਿਸਾਨ ਨੇ ਅਤੇ ਹੋਰ ਨੌਜਵਾਨ ਇੱਥੇ ਮੌਜੂਦ ਨੇ ਜਿਹੜੇ ਸਮਰਥਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਕਰਨ ਦੀ ਅਤੇ ਇਸ ਟਰੈਕਟਰ ਅਤੇ ਟੈਂਕਰ ਨੂੰ ਪਿੱਛੇ ਲਿਜਾਣ ਦੇ ਲਈ ਲੇਕਿਨ ਇੱਥੇ ਖੜ੍ਹੇ ਹੋਏ ਨੇ ਵਾਰ ਵਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਔਰ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਈ ਜੀ ਇਹ ਟਰੈਕਟਰ ਵਾਲਾ ਕੀ ਮਸਲਾ ਕੀ ਹੈ ਇਹ ਟਰੈਕਟਰ ਕਾ ਵੀਰ ਨਾ ਲੈਜਣ ਨਹੀਂ ਦੇ ਰਹੇ ਉਰੇ ਦੇ ਟਾਇਰਾਂ ਮੈਂ ਇਹਨਾਂ ਨੇ ਮਾਰਿਆ ਕੁਛ ਨਾ ਕੁਛ ਆ ਮਾਰਿਆ ਬਾਈ ਆਪਾਂ ਨੇ ਦੇਖਿਆ ਦੋਵੇਂ ਟਾਇਰ ਪੈਂਚਰ ਹੋਏ ਵੇ ਟਰੈਕਟਰ ਕੇ ਹਲੇ ਉਹ ਲੈਜਣ ਨਹੀਂ ਦੇ ਰਹੇ ਇਹ ਕਹਿ ਰਹੇ ਵੀ ਇਸ ਕੀ ਸਵੇਰੇ ਗੱਲਬਾਤ ਕਰੇਂਗੇ ਸਾਰੀ ਗੱਲ ਇਹ ਗੱਲ ਹੈ ਕਿ ਟਰੈਕਟਰ ਕੀ ਬਾਈ ਅੱਛਾ ਸਾਰੇ ਨੌਜਵਾਨ ਇਸ ਲਈ ਖੜੇ ਹੋਏ ਨੇ ਇਸ ਜਗ੍ਹਾ ਤੇ ਖੜੇ ਦਾ ਬਾਈ ਪਾਰ ਜਾਣੇ ਵਾਸਤੇ ਦਿੱਲੀ ਜਾਣਾ ਹੈ ਇਹ ਰੋਕ ਰਹੇ ਹੈ ਧੱਕੇ ਸਾਈ ਕਰ ਰਹੇ ਹਾਂ ਵੀਰ ਦਿੱਲੀ ਜਾਣਾ ਆ ਹਾਂਜੀ ਹਾਂ ਬਾਈ ਦਿੱਲੀ ਜਾਣਾ ਜੀ ਬਸ ਸੰਡੇ ਦੀ ਵੇਟ ਆਈ ਸਾਨੂੰ ਐਤਵਾਰ ਦੀ ਜਦੋਂ ਵੇਟ ਕਰ ਰਹੇ ਹਾਂਜੀ ਹਾਂਜੀ ਜਥੇਬੰਦੀਆਂ ਦੀ ਕੋਲ ਦੀ ਵੇਟ ਹੈ ਜਦੋਂ ਉਹਨਾਂ ਦਾ ਆ ਗਿਆ ਫੈਸਲਾ ਆਪਾਂ ਜਦੋਂ ਦੀ ਦਿੱਲੀ ਚੱਲਾਂਗੇ ਪ੍ਰਸ਼ਾਸਨ ਕਹਿੰਦਾ ਵੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਆ ਪਿੱਛੇ ਹਟਣ ਦੀ ਵਾਰ ਵਾਰ ਵੀਰ ਜੀ ਦੇਖੋ ਪਤਾ ਕੀ ਚੱਕਰ ਹੈ ਹੁਣ ਅਸੀਂ ਤਾਂ ਸਮਝਾਉਂਦੇ ਸਾਡੇ ਸਾਰੇ ਸਾਡੇ ਭਰਾ ਸਾਡੇ ਠੀਕ ਹੈ ਵੀਰ ਜੀ ਦੱਸੋ ਕੀ ਹੁਣ ਦੱਸੋ ਕੀ ਕਰੀਏ ਯਾਰ ਇਹ ਜਗ੍ਹਾ ਮੇਨ ਜਿਹੜਾ ਮੇਨ ਸਪੋਟ ਇਹ ਵਾਲਾ ਹੈ ਗਰਾਊਂਡ ਜ਼ੀਰੋ ਤੋਂ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਕਿ ਕਿਸ ਤਰੀਕੇ ਦੇ ਨਾਲ ਅੱਗੇ ਬੈਰੀਕੇਡਿੰਗ ਕੀਤੀ ਗਈ ਹੈ ਔਰ ਦੂਸਰੇ ਪਾਸੇ ਇਧਰਲੇ ਪਾਸੇ ਕਿਸਾਨ ਖੜੇ ਹੋਏ ਆ ਔਰ ਉੱਪਰਲੇ ਪਾਸੇ ਹੋ ਕੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਖੜਾ ਹੋਇਆ ਸਪੈਸ਼ਲ ਫੋਰਸਿਸ ਦੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ ਔਰ ਲਗਾਤਾਰ ਇਸ ਜਗ੍ਹਾ ਤੇ ਇਹ ਟਰੈਕਟਰ ਜੋ ਮੂਹਰੇ ਖੜਾ ਹੋਇਆ ਟੈਂਕਰ ਮੂਹਰੇ ਖੜਾ ਹੋਇਆ ਇਸ ਨੂੰ ਲੈ ਕੇ ਕੋਸ਼ਿਸ਼ ਕਰ ਰਹੇ ਨੇ ਕਿ ਕਿਸਾਨ ਇਸ ਟਰੈਕਟਰ ਨੂੰ ਵਾਪਸ ਲੈ ਜਾਣ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਵਾਰ ਵਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਪਿੱਛੇ ਹੋ ਜਾਓ ਇਹ ਜਿਹੜਾ ਮਸਲਾ ਹੈ ਸਵੇਰੇ ਦੇਖਿਆ ਜਾਵੇਗਾ ਲੇਕਿਨ ਪੰਜਾਬੀਆਂ ਦੀ ਕਹਿੰਦੇ ਅੜੀ ਹੁੰਦੀ ਹੈ ਖੜੇ ਹੋਏ ਨੇ ਇਸ ਵੇਲੇ ਔਰ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਦੂਸਰੇ ਪਾਸੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿੰਨੀਆਂ ਵੀ ਮੀਟਿੰਗਸ ਹੋਈਆਂ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਜਥੇਬੰਦੀਆਂ ਦੀਆਂ ਤਾਂ ਉਹ ਬੇਸਿੱਟ ਆ ਰਹੀਆਂ ਅਤੇ ਇਸ ਤੋਂ ਬਾਅਦ ਨਵੀਂ ਕਾਲ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਨਵੀਂ ਮੀਟਿੰਗ ਨੂੰ ਲੈ ਕੇ ਲਗਾਤਾਰ ਜਥੇਬੰਦੀਆਂ ਦੇ ਜਿਹੜੇ ਮੇਨ ਆਗੂ ਨੇ ਉਹਨਾਂ ਦਾ ਕਹਿਣਾ ਕਿ ਅਗਰ ਇਹ ਦੁਬਾਰਾ ਜਿਹੜੀ ਮੀਟਿੰਗ ਹੋਵੇਗੀ ਬੇਸਿੱਟਾ ਰਹਿੰਦੀ ਹੈ ਤਾਂ ਦਿੱਲੀ ਵੱਲ ਕੂਚ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਜਾਵੇਗੀ ਔਰ ਲਗਾਤਾਰ ਜਿਹੜੇ ਨੌਜਵਾਨ ਨੇ ਜੋ ਜੋਸ਼ੀਲੇ ਨੌਜਵਾਨ ਨੇ ਉਹਨਾਂ ਨੂੰ ਠੰਡੇ ਰਹਿਣ ਦੇ ਲਈ ਲਗਾਤਾਰ ਜਥੇਬੰਦੀਆਂ ਅਪੀਲ ਵੀ ਕਰ ਰਹੀਆਂ ਨੇ ਕਿ ਪਿੱਛੇ ਆ ਜਾਣ ਲੇਕਿਨ ਇਹ ਜਿਹੜਾ ਗਰਾਊਂਡ ਜ਼ੀਰੋ ਹੈ ਮੇਨ ਸਪੋਟ ਹੈ ਇਹ ਜਿੱਥੇ ਲਗਾਤਾਰ ਕਿਸਾਨ ਨੇ ਜਿਹੜੇ ਇਸ ਬਾਰਡਰ ਤੇ ਖੜੇ ਹੋਏ ਨੇ ਔਰ ਅੱਜ ਦੁਪਹਿਰ ਦੀਆਂ ਤੁਸੀਂ ਖਬਰਾਂ ਦੇਖੀਆਂ ਤੁਸੀਂ ਵਿਜ਼ੂਅਲ ਦੇਖੇ ਤਾਂ ਉਹਨਾਂ ਦੇ ਵਿੱਚ ਅਥਰੂ ਗੈਸ ਦੇ ਜਿਹੜੇ ਗੋਲੇ ਛੱਡੇ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪਿੱਛੇ ਕੀਤਾ ਗਿਆ ਸੀ ਕਿਸਾਨਾਂ ਨੂੰ ਲੇਕਿਨ ਜਿਹੜੇ ਕਿਸਾਨ ਨੇ ਉਹਨਾਂ ਦੇ ਹੌਸਲੇ ਇੰਨੇ ਨੇ ਕਿ ਉਹ ਫਿਰ ਦੁਬਾਰਾ ਉਸੇ ਜਗ੍ਹਾ 'ਤੇ ਜਾ ਖੜ੍ਹ ਜਾਂਦੇ ਨੇ ਅਤੇ ਦੂਸਰੇ ਪਾਸੇ ਨੈਂਕ ਸਿੰਘ ਵੀ ਇੱਥੇ ਖੜ੍ਹੇ ਹੋਏ ਨੇ ਔਰ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਇੱਥੇ ਨੇ ਔਰ ਲਗਾਤਾਰ ਇੱਥੇ ਨੌਜਵਾਨ ਨੇ ਜਿਹੜੇ ਇਹ ਨਹੀਂ ਹੈਗਾ ਕਿ ਖਾਲੀ ਰਹਿ ਰਿਹਾ ਇਹ ਜਿਹੜਾ ਸਪੋਟ ਹੈ ਇਹ ਲਗਾਤਾਰ ਨੌਜਵਾਨ ਇੱਥੇ ਆ ਜਾ ਰਹੇ ਨੇ ਔਰ ਇਹ ਰਾਤ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਕੀ ਹਾਲਾਤ ਨੇ ਸੋ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਹਾਲੇ ਵੀ ਜਿਹੜੇ ਨੌਜਵਾਨ ਨੇ
ਉਹ ਖੜੇ ਹੋਏ ਨੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਇਸ ਟਰੈਕਟਰ ਨੂੰ ਜਿਹੜਾ ਸਾਹਮਣੇ ਟਰੈਕਟਰ ਖੜਾ ਹੋਇਆ ਟੈਂਕਰ ਦੇ ਨਾਲ ਇਸ ਟਰੈਕਟਰ ਨੂੰ ਕੱਢਿਆ ਜਾ ਸਕੇ। ਲੇਕਿਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਰਾ ਜੋ ਮਾਜ਼ਰਾ ਹੈ ਇਸ ਵੇਲੇ ਦੇਖਿਆ ਜਾਵੇਗਾ ਤੇ ਇਸ ਵੇਲੇ ਕੁਛ ਵੀ ਨਹੀਂ ਹੋ ਸਕਦਾ, ਇਸ ਕਰਕੇ ਇਹਨਾਂ ਨੂੰ ਪਿੱਛੇ ਆਉਣ ਦੇ ਲਈ ਵਾਰ ਵਾਰ ਕਿਹਾ ਜਾ ਰਿਹਾ। ਲੇਕਿਨ ਜਿਹੜੇ ਨੌਜਵਾਨ ਨੇ ਜਾਂ ਕਿਸਾਨ ਨੇ ਇੱਥੇ ਖੜੇ ਹੋਏ ਉਹ ਇੱਥੋਂ ਹਟ ਨਹੀਂ ਰਹੇ। ਔਰ ਦੂਸਰੇ ਪਾਸੇ ਸਪੋਟ ਹੋਰ ਦਿਖਾਉਣਾ ਤੁਹਾਨੂੰ, ਇੱਕ ਇਹ ਖੱਬੇ ਪਾਸੇ ਵਾਲਾ ਪੁਲ ਤੁਸੀਂ ਦੇਖਿਆ ਔਰ ਇਸ ਦੇ ਨਾਲ ਤੁਹਾਨੂੰ ਇਸ ਜਗ੍ਹਾ ਤੋਂ ਤਸਵੀਰਾਂ ਦਿਖਾਉਂਦੇ ਹਾਂ ਕਿ ਇਸ ਜਗ੍ਹਾ ਤੋਂ ਜਿਹੜੀ ਪਹਿਲਾਂ ਰਾਹ ਹੁੰਦਾ ਸੀਗਾ ਦਰਿਆ ਦੇ ਵਿੱਚ ਦੀ ਹੋ ਕੇ ਤਾਂ ਉਸ ਦੇ ਮੂਹਰੇ ਵੀ ਬਲੋਕ ਰੱਖੇ ਹੋਏ ਸੀਗੇ, ਇਹ ਵੀ ਬਲੋਕ ਕਿਸਾਨਾਂ ਦੇ ਵੱਲੋਂ ਰੋੜ ਦਿੱਤੇ ਗਏ ਸੀਗੇ। ਔਰ ਬਿਲਕੁਲ ਸਾਹਮਣੇ ਇੱਕ ਹੋਰ ਚੈੱਕ ਪੋਸਟ ਬਣੀ ਹੋਈ ਹੈ, ਬੈਰੀਕੇਡਿੰਗ ਲਗਾਈ ਗਈ ਹੈ। ਇਸ ਬੈਰੀਕੇਡਿੰਗ ਨੂੰ ਸੀਮੈਂਟ ਬਲੋਕਸ ਦੇ ਨਾਲ ਬਲੋਕ ਕਰਕੇ ਔਰ ਬਜਰੀ ਰੇਤਾ ਪਾ ਕੇ ਇਸ ਦੇ ਲੈਂਟਰ ਪਾ ਕੇ ਜਿਹੜਾ ਬਲੋਕ ਕੀਤਾ ਗਿਆ ਹੈ, ਤਾਂ ਇਹ ਵੀ ਲਗਾਤਾਰ ਤਸਵੀਰਾਂ ਤੁਸੀਂ ਕਈ ਦਿਨਾਂ ਤੋਂ ਦੇਖ ਰਹੇ ਹੋਵੋਗੇ। ਔਰ ਤਿਆਰੀਆਂ ਵੀ ਦਿਖਾਈਆਂ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਤਿਆਰੀਆਂ ਕੀਤੀਆਂ ਗਈਆਂ ਸੀ ਉਹ ਕੀ ਤਿਆਰੀਆਂ ਨੇ। ਲਗਾਤਾਰ ਜਿਹੜੀ ਮੰਗਾਂ ਦੀ ਗੱਲ ਕੀਤੀ ਜਾਵੇ, ਚਾਹੇ MSP ਨੂੰ ਲੈ ਕੇ ਹੋਵੇ, ਚਾਹੇ ਕਿਸਾਨਾਂ ਦੇ ਉੱਤੇ ਹੋਏ ਪਰਚਿਆਂ ਨੂੰ ਲੈ ਕੇ ਹੋਵੇ, ਜਾਂ ਫਿਰ ਹੋਰ ਕਈ ਜਿਹੜੇ ਮਾਮਲੇ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਗੱਲਬਾਤ ਕਰ ਰਹੇ ਨੇ ਸਰਕਾਰ ਦੇ ਨਾਲ। ਲੇਕਿਨ ਜੋ ਮੀਟਿੰਗਸ ਹੁੰਦੀਆਂ ਨੇ ਜਾਂ ਫਿਰ ਖੇਤੀ ਮੰਤਰੀ ਜਿਹੜੇ ਨੇ ਸਾਡੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਜਦੋਂ ਸੈਂਟਰ ਮਿਨਿਸਟਰ ਨਾਲ, ਤਾਂ ਉਹ ਵੀ ਬੇਸਿੱਟਾ ਨਿਕਲਦੀ ਹੈ। ਹਾਲਾਂਕਿ ਕਈ ਗੱਲਾਂ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਸਹਿਮਤੀ ਵੀ ਬਣੀ, ਲੇਕਿਨ ਜੋ ਮੰਗਾਂ ਨੇ ਮੇਨ MSP ਹੋ ਗਿਆ ਜਾਂ ਹੋਰ ਬਾਕੀ ਮੁੱਦੇ, ਤਾਂ ਉਹਨਾਂ ਉੱਤੇ ਸਹਿਮਤੀ ਜਿਹੜੀ ਹਾਲੇ ਤੱਕ ਨਹੀਂ ਬਣ ਪਾਈ ਹੈਗੀ ਕਈ ਮੁੱਦਿਆਂ ਦੇ ਉੱਤੇ। MSP ਨੂੰ ਲੈ ਕੇ ਥੋੜ੍ਹਾ ਬਹੁਤ ਜ਼ਰੂਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ 'ਤੇ ਧਿਆਨ ਦਿੱਤਾ ਜਾਵੇਗਾ, ਹੋ ਸਕਦਾ ਉਸ ਮੰਗਾਂ ਨੂੰ ਜਲਦੀ ਮੰਨ ਲਿਆ ਜਾਊਗਾ, ਲੇਕਿਨ ਹੋਰ ਜਿਹੜੇ ਮੁੱਦੇ ਨੇ ਉਹ ਹਾਲੇ ਤੱਕ ਉਲਝੇ ਹੋਏ ਨੇ। ਅਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਜਥੇਬੰਦੀਆਂ ਨੇ ਜਿਨ੍ਹਾਂ ਦੇ ਕਾਲ ਦਿੱਤੀ ਸੀਗੀ, ਤਾਂ ਉਹਨਾਂ ਦਾ ਕਹਿਣਾ ਕਿ ਹੁਣ ਅਗਲੀ ਮੀਟਿੰਗ ਦੀ ਵੇਟ ਕੀਤੀ ਜਾ ਰਹੀ ਹੈ, ਅਗਰ ਉਸ ਮੀਟਿੰਗ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਦਿੱਲੀ ਵੱਲ ਕੁਝ ਕੀਤਾ ਜਾਵੇਗਾ। ਸੋ ਵਧੇਰੀ ਅਪਡੇਟ ਸੀ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ, ਕੈਮਰਾ ਪਰਸਨ ਹੈਪੀ ਗਰੇਵਾਲ ਨਾਲ ਗੁਰਦੀਪ ਸਿੰਘ ਲੰਮੇ।